ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ, ਤੇ ਹੁਣ ਅਸੀਂ ਗੱਲ ਕਰਾਂਗੇ ਰਿਐਲਿਟੀ ਸ਼ੋਅ ਬਿਗ ਬੌਸ ਸੀਜ਼ਨ 13 ਦੀ। ਅੱਜ ਹੈ ਬਿਗ ਬੌਸ ਸੀਜ਼ਨ 13 ਦਾ ਗ੍ਰੇਟ ਫਿਨਾਲੇ, ਤੇ ਇਸ ਫਿਨਾਲੇ ਦੇ ਚੱਲਦੇ ਆ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਕੀਤੀ ਹੈ ਸ਼ਹਿਨਾਜ਼ ਗਿੱਲ ਦੀ ਸਪੋਰਟ। ਆਓ ਤੁਸੀਂ ਵੀ ਦੇਖੋ ਕਿਹੜੇ ਕਿਹੜੇ ਨੇ ਉਹ ਕਲਾਕਾਰ। ਅੱਜ ਹੈ ਬਿਗ ਬੌਸ 13 ਦਾ ਫਿਨਾਲੇ ਤੇ ਅੱਜ ਹੋਏਗਾ ਫੈਸਲਾ ਕਿ ਕੌਣ ਹੋਏਗਾ ਬਿਗ ਬੌਸ ਦੇ ਖਿਤਾਬ ਦਾ ਹੱਕਦਾਰ। ਹਾਲਾਂਕਿ ਸ਼ਹਿਨਾਜ਼ ਗਿੱਲ ਤਾਂ ਇਸ ਸ਼ੋਅ 'ਚ ਸਭ ਦੀ ਫੇਵਰੇਟ ਬਣੀ ਹੋਈ ਮੰਨੀ ਜਾ ਰਹੀ ਹੈ, ਪਰ ਟੱਕਰ ਸਭ ਨੇ ਇੱਕ ਦੂਸਰੇ ਨੂੰ ਪੂਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਪੰਜਾਬ ਦੀ ਜਨਤਾ ਸ਼ਹਿਨਾਜ਼ ਨੂੰ ਸਪੋਰਟ ਕਰ ਰਹੀ ਹੈ, ਉੱਥੇ ਹੀ ਪੰਜਾਬ ਦੇ ਆਰਟਿਸਟ ਵੀ ਸ਼ਹਿਨਾਜ਼ ਨੂੰ ਸਪੋਰਟ ਕਰ ਰਹੇ ਨੇ। ਪੰਜਾਬੀ ਫੀਮੇਲ ਵੋਕਲਿਸਟ ਬਾਨੀ ਸੰਧੂ ਨੇ ਵੀ ਸ਼ਹਿਨਾਜ਼ ਨੂੰ ਸਪੋਰਟ ਕਰਨ ਦੀ ਆਪਣੇ ਫੈਨਸ ਨੂੰ ਇੱਕ ਪੋਸਟ ਰਾਹੀਂ ਰਿਕੁਐਸਟ ਕੀਤੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬੀ ਸਿੰਗਰ ਗੁਰਜੈਜ਼ ਨੇ ਵੀ ਸ਼ਹਿਨਾਜ਼ ਦੀ ਸਪੋਰਟ 'ਚ ਪੋਸਟ ਸ਼ੇਅਰ ਕੀਤੀ ਹੈ। ਇਹਨਾਂ ਦੇ ਨਾਲ ਨਾਲ ਭਾਨਾ ਐਲੇ ਨੇ ਵੀ ਸ਼ਹਿਨਾਜ਼ ਦੀ ਸਪੋਰਟ ਅਤੇ ਉਸ ਨੂੰ ਵੋਟ ਕਰਨ ਲਈ ਆਪਣੇ ਫੈਨਸ ਨੂੰ ਰਿਕੁਐਸਟ ਕੀਤੀ ਹੈ। ਪੰਜਾਬ ਦੀ ਕੁੜੀ ਹੋਣ ਕਰਕੇ ਸ਼ਹਿਨਾਜ਼ ਗਿੱਲ ਨੂੰ ਪੰਜਾਬ ਦੇ ਵਿੱਚੋਂ ਬੇਹੱਦ ਪਿਆਰ ਮਿਲਿਆ। ਫਿਰ ਭਾਵੇਂ ਹੋਵੇ ਉਹ ਪੰਜਾਬ ਦੇ ਲੋਕਾਂ ਦਾ ਪਿਆਰ ਜਾਂ ਫਿਰ ਹੋਵੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰਾਂ ਦਾ ਪਿਆਰ, ਇਹਨਾਂ ਲਈ ਸਪੋਰਟ ਜਿਹੜੀ ਹੈ ਬਖੂਬੀ ਬਰਕਰਾਰ ਰਹੀ ਹੈ। ਪਰ ਤੁਹਾਨੂੰ ਕੀ ਲੱਗਦਾ, ਬਿਗ ਬੌਸ ਸੀਜ਼ਨ 13 ਦਾ ਅੱਜ ਦਾ ਫਾਈਨਲ ਦਾ ਖਿਤਾਬ ਕੌਣ ਆਪਣੇ ਨਾਮ ਲਗਵਾਏਗਾ? ਕਮੈਂਟ ਕਰੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰਟ ਆਫ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।